बाकी वाशिंग मशीन के उपर ऑफर चल रही है 888 रुपए की किस्त है महीने की बजाज फाइनेंस से। ओके वीर जीरो डाउन पेमेंट है जी उत्तर कोई डाउन पेमेंट नहीं जीरो डाउन पेमेंट है एलजी ले लो सैमसंग ले लो लवैड ले लो ਜਿਹੜੀ ਮਰਜ਼ੀ ਚੱਕ ਕੇ ਲੈ ਬਾਜ਼ਾਰ ਦੇ ਕਾਰਡ ਤੇ 800 ਰੁਪਏ ਦੇਣੇ ਬਸ ਮਹੀਨੇ ਦੇ ਪਹਿਲਾਂ ਆਪਾਂ ਕੁਝ ਨਹੀਂ ਦੇਣਾ ਹੈਗਾ ਜ਼ੀਰੋ ਡਾਊਨ ਪੇਮੈਂਟ ਓਕੇ ਵੀਰੇ ਸਾਰਾ ਆਪਦਾ ਤਿਆਰ ਹੈ ਮੈਕੈਨਿਕ ਦੇ ਵਿੱਚ ਟਾਲੀ ਦੇ ਵਿੱਚ ਟੋਟਲ ਸਾਰਾ ਟਾਲੀ ਦੀ ਰੱਖਣਾ ਆਪ ਤਿਆਰ ਕਰਦੇ ਹੋ ਸੀ ਟਾਲੀ ਹਾਂਜੀ 34,500 ਦੇ ਦੇਣਗੇ ਸਾਡੇ 34,500 ਆ ਸੋਫੇ ਆ ਗਏ ਵੀਰੇ ਅੱਗੇ ਇਹ ਕੰਬੈਟ ਸੋਫਾ ਕੇ ਵੀਰ ਜੀ ਓਕੇ ਹਾਂਜੀ ਕੰਬੈਟ ਸੋਫਾ 13,500 14,000 13,500 14,000 ਹਾਂਜੀ ਖੁੱਲ ਕੇ ਬੈੱਡ ਬਣ ਜਾਂਦਾ ਜੀ ਅੱਛਾ ਰੇਂਜ ਉਦਾਂ ਜਿੱਦਾਂ ਤੁਸੀਂ ਲੈਣੀ ਚਾਹੁੰਦੇ ਹੋ ਹਾਂਜੀ ਹਾਂਜੀ एक बार जरूर आके देखो भाई शॉप से भाई सारा कुछ पिया वा तो रेट बहुत सही ने बंदे दे चक लो देखो इन्हों का फिर कितों स्टार्ट हो जाए 12,500 सत श्रीकाल जी सारे आप आखना जी डेलों तो जब आप जाने सान्या रोड से उत्थे दुकान है बई दी रम्मी बई दी रम्मी फर्नीचर दुकान का नाम आ इलैक्ट्रॉनिक समान भी हुंदा इन्हां कोल सारा बाकी तुसीं पिछे देख सकते हो एसी फ्रिजा सोफे बैड कपड़े धोने वाली मशीन पखे जो मर्जी लै लो ऑफर बहुत चलदी बई दे रेट बहुत वधिया ने चीज़ा दिखावांगे नाल दी नाल रेट पुछांगे ते इन्हां दे दो शॉपां ने इत्थे ते तुहानूं दोन्हीं दिखाउने आ जी नाले फर्नीचर आप तैयार कर दिया अपने घर का देखो जी सामने ये शॉप आ ते तुहानूं लंदर लैके चलांगे दो शॉपां ने इन्हां दीआं जदों डेलो तो सान्या रोड नूं जांदे आ जी ते कार सामने इन्हां दी शॉप उत्थे वी तुहानूं अंदर लैके चलांगे ते पहलां आपां इधर लैके चलदे आ बाई नूं मिलाउने आ ते पुछदे आ की हुंदा ते ऑफरां की चलदियां ने आ जाओ जी तुहानूं मिलाउने आ बाई नूं ते पुछदे आ हाँ जी वीरे की हाल है ठीक ठाक हो ठीक ठाक वीरे बढ़िया बढ़िया जी की हुंदा वीरे अपने कोले सारी इलेक्ट्रॉनिक ते फर्नीचर दी सारी रेंज हैगी आ जाओ ओके हां माड़ा एसीयां दा ओही दस दियो हां जी एसी वीरे 30,000 तो स्टार्ट है डेट आंदा ओके फ्री सी एसी दे उत्ते ठीक है बाकी कंपनी अपने कोल सारी हैगी ने एसी दे विच सारे कंपनियां मिल जानगे जी एसी दे विच गीजर आ गए है ना गीजर अपने कोल 3500 स्टार्ट है ओके वीरे बाकी ग्लास टैंक आ जांदे ने कंपनी च आ जांदे ने बाकी मॉडल होंगे ने कुर्सी का जिम्मे गद्दी लैनी होर प्लस हो जाते हैं ओके वीर टाली ਦੇ ਵਿੱਚ ਆ ਗਿਆ ਸਾਰਾ ਫੁੱਲ ਫਿਨਿਸ਼ਿੰਗ ਦੇ ਵਿੱਚ ਜਾ ਰਿਹਾ ਸ਼ੁਰੂ ਕਿੰਨੇ ਤੋਂ ਜਾਂਦਾ ਵਾ ਜੇ ਸਟਾਰਟਿੰਗ ਰੇਟ ਦੀ ਗੱਲ ਕਰਦੇ ਵੀਰੇ 24,500 ਤੋਂ ਸਟਾਰਟ ਹੁੰਦਾ ਠੀਕ ਹੈ ਬਹੁਤ ਰੇਟ ਵਧੀਆ ਬਈ ਇਹ ਤਾਂ ਮਹਿੰਗੇ ਬਹੁਤ ਹਨ ਡਾਇਨਿੰਗ ਟੇਬਲ ਤਾਂ ਨਹੀਂ ਨਹੀਂ ਆਪਣੇ ਕੋਲ ਮੈਂ ਤੁਸੀਂ ਦੇਖ ਰਹੇ ਹੋ ਸਾਰਾ ਟਾਲੀ
6 ਕੁਰਸੀਆਂ 34,500 ਦਾ ਹਾਂਜੀ ਆ ਸੋਫਿਆਂ ਕੇ ਵੀ ਰੱਖੇ ਇਹ ਕੰਬੈਟ ਸੋਫਾ ਕੇ ਵੀ ਜੀ ਓਕੇ ਹਾਂਜੀ ਕੰਬੈਟ ਸੋਫਾ 13,500 14,000 13,000 14,000 ਹਾਂਜੀ ਖੁੱਲ ਕੇ ਬੈੱਡ ਬਣ ਜਾਂਦਾ ਜੀ ਅੱਛਾ ਰੇਂਜ ਉਦਾਂ ਜਿੱਦਾਂ ਤੁਸੀਂ ਲੈਣੀ ਚਾਹੁੰਦੇ ਹੋ ਹਾਂਜੀ ਹਾਂਜੀ ਤੇ ਨਾਲ ਅਲਮਾਰੀ ਆ ਗਿਆ ਬਾਈ ਹਾਂ ਅਲਮਾਰੀ ਆ ਗਈ ਜੀ ਸਾਰੀ ਅਲਮਾਰੀ ਲੋਹੇ ਦੀ ਲੈ ਲਓ ਲੱਕੜ ਦੀ ਲੈ ਲਓ ਜਿਹੜੀ ਮਰਜ਼ੀ ਅਲਮਾਰੀ ਲੈ ਲਓ ਅਲਮਾਰੀ ਹਾਂਜੀ 7500 ਤੋਂ ਸਟਾਰਟ ਕਰਦੇ ਹਾਂ 7500 ਤੋਂ ਠੀਕ ਆ ਬਾਈ ਇਹ ਸਾਰੇ ਕਾਸੇ ਤੇ ਬਾਈ ਬਜਾਜ ਦੇ ਕਾਰਡ ਤੇ ਕੁਝ ਵੀ ਚੱਕ ਸਕਦੇ ਆ ਲੈ ਸਕਦੇ ਜੀ ਜਿਵੇਂ ਹੁਣ ਫਰਨੀਚਰ ਲੈਣੇ ਹੋ ਥੋੜਾ ਖਰਚਾ ਪੈ ਜਾਂਦਾ ਓਕੇ ਇਲੈਕਟ੍ਰੋਨਿਕ ਦੇ ਉੱਪਰ ਤਾਂ ਫਿਰ ਖਰਚੇ ਘੱਟ ਪੈਂਦੇ ਅੱਛਾ ਪਹਿਲਾਂ ਨਹੀਂ ਦੇਣੇ ਪੈਣਗੇ ਫਰਨੀਚਰ ਤੇ ਥੋੜਾ ਮੋਟਾ ਦੇਣੇ ਪੈਣਗੇ ਫਿਰ ਠੀਕ ਆ ਵੀਰੇ ਤੇ ਅੱਗੇ ਬੈੱਡ ਆ ਗਏ ਬਾਈ ਹਾਂ ਬੈੱਡ ਆ ਸਾਰੇ ਦੇਖੋ ਜੀ ਬੈੱਡ ਹੀ ਬੈੱਡ ਪਏ ਨੇ ਉਹ ਨਾਲੇ ਬਹੁਤ ਵਧੀਆ ਇਦਾਂ ਦਾ ਤੁਸੀਂ ਲੈਣਾ ਚਾਹੁੰਦੇ ਹੋ ਦੇਖੋ 9 ਫੁੱਟ ਦਾ ਬੈੱਡ ਪਏ ਨੇ ਫੈਂਸੀ ਓਕੇ ਵੀਰੇ ਆ ਦੇਖੋ ਜੀ ਇਦਾਂ ਵੀ ਤੁਸੀਂ ਬੈੱਡ ਲੈਣਾ ਚਾਹੁੰਦੇ ਹੋ ਮਿਲ ਜੂਗਾ ਸਟਾਰਟਿੰਗ ਕੀ ਹੈ ਵੀਰੇ ਬੈੱਡ ਦੀ ਬੈੱਡ ਵੀਰੇ ਜਿਹੜਾ ਨਾਰਮਲ ਬੈੱਡ ਸਟਾਰਟ ਆਪਣੇ ਕੋਲ 6 ਫੁੱਟ ਵਾਲਾ 11,000 ਤੋਂ ਸਟਾਰਟ ਹੁੰਦਾ 9 ਫੁੱਟ ਦਾ ਬੈੱਡ 17,500 ਤੋਂ ਸਟਾਰਟ ਹੁੰਦਾ ਓਕੇ ਵੀਰੇ ਡਿਜ਼ਾਈਨ ਇੱਕ ਤਾਂ ਮਟੀਰੀਅਲ ਤੇ ਡਿਪੈਂਡ ਆ ਤੇ ਅਲੱਗ ਅਲੱਗ ਰੇਟ ਇਹ ਤੁਸੀਂ ਸਾਰਾ ਆਪ ਹੀ ਬਣਵਾਉਂਦੇ ਹੋ ਆਪ ਦਾ ਫਰਨੀਚਰ ਤਾਂ ਲੱਕੜ ਸਾਰੀ ਡਾਲੀ ਸਾਰਾ ਸਾਰਾ ਵੀਰੇ ਜਿਹੜਾ ਬੈੱਡ ਹੁੰਦਾ ਬੈੱਡ ਸਾਰਾ ਬੋਲ ਕੇ ਤਿਆਰ ਇਹ ਤਾਂ ਮੈਨੂੰ ਵੀ ਬਾਈ ਪਤਾ ਤੁਸੀਂ ਆਪ ਬਣਾਉਂਦੇ ਹੋ ਸੁਣੀ ਵੀ ਮੈਂ ਗੱਲ ਹਾਂਜੀ ਉਹ ਤਾਂ ਫਰਨੀਚਰ ਵਧੀਆ ਹੁੰਦਾ ਕੁਆਲਿਟੀ ਬਹੁਤ ਵਧੀਆ ਹੁੰਦੀ ਹੈ ਕੁਆਲਿਟੀ ਹਾਂਜੀ ਸਾਰੇ ਵਧੀਆ ਡਿਜ਼ਾਈਨਿੰਗ ਵੀ ਸਾਰੀ ਜਿਹੜੇ ਮਰਜ਼ੀ ਡਿਜ਼ਾਈਨ ਦੇਖੋ ਦੇਖ ਲਓ ਜੀ ਜਿਹੜਾ ਜਿਹਾ ਮਰਜ਼ੀ ਬੈੱਡ ਲੈ ਲਓ ਵਧੀਆ ਤੋਂ ਵਧੀਆ ਪਏ ਨੇ ਤੇ ਹੋਰ ਵੀਰੇ ਆਪਣੇ ਕੋਲ ਕੀ ਹੁੰਦਾ ਇੱਥੇ ਬਾਕੀ ਵੀਰੇ ਆਪਣੇ ਕੋਲ ਸੋਫਾ ਸੈਕਸ਼ਨ ਉੱਪਰ ਹੈ ਸੋਫੇ ਦੇ ਕਹਿੰਦੇ ਕੰਬੈਟ ਸੋਫੇ ਆ ਗਏ ਜੀ ਉਹ 6-4 ਦਾ ਦੇ ਦਾਂਗੇ ਵੀਰੇ 3,000 ਰੁਪਏ ਦਾ ਅੱਛਾ ਆ ਦੇ ਲਓ ਜੀ ਕੰਬੈਟ ਸੋਫਾ ਕਿੰਨੇ ਦਾ ਹੈ 3,000 ਰੁਪਏ ਦਾ ਵੀਰੇ ਠੀਕ ਹੈ ਵੀਰੇ 3,000 ਦਾ ਜੀ ਇਹ ਓਕੇ ਵੀਰੇ ਇੱਥੇ ਕੁਝ ਹੋਰ ਤਾਂ ਨਹੀਂ ਹੁਣ ਉੱਪਰ ਹੀ ਆ ਬਾਈ ਉੱਪਰ ਆ ਵੀਰੇ ਹਾਂਜੀ ਚਲੋ ਆ ਵੀ ਤੁਹਾਨੂੰ ਉੱਪਰ ਲੈ ਕੇ ਚੱਲਦੇ ਹਾਂ ਉੱਪਰ ਹੀ ਬਾਈ ਦਾ ਸਮਾਨ ਪਿਆ ਹੋਰ ਤੇ ਬੜੀ ਚਾਲ ਖੁਦ ਹੀ ਮਰਾ ਦੀ ਹੈ ਮੈਕਸੀ ਜਿਹੜੀ ਮਰਜ਼ੀ ਲੈ ਲਓ ਗ੍ਰੈਂਡਰ ਲੈ ਲਓ ਪੱਖੇ ਲੈ ਲਓ ਪ੍ਰੈਸ ਮਿਲ ਜੂ ਸਾਰਾ ਕੁਝ ਆ ਬਾਈ ਉਹਨਾਂ ਕੋਲ ਇੱਕ ਵਾਰੀ ਜ਼ਰੂਰ ਆਇਓ ਰੇਟ ਬਹੁਤ ਸਹੀ ਨੇ ਤੇ ਆਪਾਂ ਉੱਪਰ ਆ ਗਏ ਤੇ ਦਿਖਾਉਣੇ ਇੱਥੇ ਕੀ ਪਿਆ ਉਹਨਾਂ ਨੇ ਕੀ ਰੇਟ ਆ ਬਾਈ ਨੂੰ ਪੁੱਛਦੇ ਆ ਹਾਂਜੀ ਵੀਰੇ ਹਾਂਜੀ ਹਾਂਜੀ ਇਹ ਕੀ ਆ ਮੂਰੇ ਪਹਿਲਾਂ ਇਹ ਵੀ ਟੇਬਲ ਆ ਗਈ ਜੀ ਹਾਂਜੀ ਪਲਾਈ ਚ ਬਣਦੇ ਨੇ ਸਾਰੇ ਓਕੇ ਇਹਦਾ ਕੀ ਪ੍ਰਾਈਸ ਆ 4,000 ਦੀ ਰੇਂਜ ਤੋਂ ਸਟਾਰਟ ਹੁੰਦੇ ਜੀ ਟੇਬਲ ਰਾਜ ਕੋਲ ਐਡੀ ਚ ਬਾਕਸ ਵਗੈਰਾ ਹੈਗੇ ਨੇ ਸਾਰੇ ਠੀਕ ਆ ਵੀਰੇ ਜਿਵੇਂ ਆਪਾਂ ਗੈਸਟ ਰੂਮ ਚ ਰੱਖਣਾ ਹੁੰਦਾ ਹਾਂਜੀ ਹਾਂਜੀ ਡਰਾਇੰਗ ਰੂਮ ਚ ਸੋਫੇ ਦੇ ਨਾਲ ਜਿਹੜਾ ਸੈਂਟਰ ਚ ਰੱਖਿਆ ਹੁੰਦਾ ਕਿੰਨੇ ਹਜ਼ਾਰ ਤੋਂ ਸ਼ੁਰੂ ਸੀ ਇਹ ਵੀਰੇ 4,000 ਤੋਂ ਸਟਾਰਟ ਹੁੰਦਾ ਪਲਾਈ ਦੇ ਵਿੱਚ ਜੇ ਨਾਰਮਲ ਟੇਬਲ ਲੈਣਾ ਆਪ ਇਹ ਤਾਂ 1500 ਦੀ ਰੇਂਜ ਆ ਜਾਂਦਾ ਓਕੇ ਵੀਰੇ 1500 ਤੋਂ ਸ਼ੁਰੂ ਹੋ ਜਾਂਦਾ ਹਾਂਜੀ ਹਾਂਜੀ 4,000 ਲੱਕੜ ਵਾਲਾ ਟੇਬਲ ਆ ਠੀਕ ਹੈ ਵੀਰੇ ਸੋਫਾ ਸੈੱਟ ਵੀਰੇ ਕਾਰਨਰ ਆਪਾਂ ਨੇ ਜਿਹੜੀ ਕਾਰਨਰ ਦੀ ਰੇਂਜ ਸਟਾਰਟ ਆ ਉਹ ਆਪਣੇ ਕੋਲ 17,500 ਤੋਂ ਸਟਾਰਟ ਹੋ ਜਾਂਦਾ ਸਟਾਰਟਿੰਗ ਪ੍ਰਾਈਸ ਤੇ ਠੀਕ ਹੈ 5 ਸੀਟਾਂ ਦਾ ਸੋਫਾ ਆਪਣੇ ਕੋਲ 8500 ਤੋਂ ਸਟਾਰਟ ਹੋ ਜਾਂਦਾ ਓਕੇ 5 ਸੀਟਾਂ ਦਾ ਸੋਫੇ ਬੜੇ ਸੋਹਣੇ ਸੋਹਣੇ ਰੱਖਿਆ ਬਾਈ ਦੇ ਦੇਖੋ ਥੋੜਾ ਦੇਖ ਕੇ ਦਿਲ ਕਰੂ ਲੈਣ ਨੂੰ ਦੇਖੋ ਸੋਫੇ ਨੇ ਬਾਈ ਸਾਰੇ ਇੱਥੇ ਹਾਂਜੀ ਹਾਂਜੀ ਜਿੱਦਾਂ ਦਾ ਮਰਜ਼ੀ ਸੋਫਾ ਲੈ ਲਓ ਜੀ ਆਹ ਸੋਫਾ ਸੈੱਟ ਕੰਪਲੀਟ ਵਿਦ ਟੇਬਲ ਸਾਰਾ 21,500 ਦਾ ਦੇ 21,500 ਦਾ ਹਾਂਜੀ ਹਾਂਜੀ ਤਾਂ ਸਾਰਾ ਵਿੱਚ ਹੀ ਹਾਂਜੀ ਕੰਪਲੀਟ ਸੈੱਟ ਆਹ ਵਿੱਚ ਹੀ ਟੇਬਲ ਕੰਪਲੀਟ ਸੈੱਟ ਸਾਰਾ ਦੋ ਠੀਕ ਆ ਵੀਰੇ ਕਾ ਸੋਫਾ ਤੇ ਇਹ ਕੰਪਲੀਟ ਸੈੱਟ ਸਾਰਾ ਓਕੇ 18,500 ਤੇ ਦੇ ਦਾਂਗੇ ਇਹ 18,500 ਦਾ ਜੀ ਉਹ ਕਿਹਾ ਵੀਰੇ ਇਹ ਵੀਰੇ ਆ ਜਾਂਦੇ ਨੇ ਜਿਹੜੇ ਅੱਗੇ ਚਾਰਜਿੰਗ ਪੁਆਇੰਟ ਆ ਗਏ ਇਹ ਸਟਾਰਟਿੰਗ ਹੋਣ ਦਾ 38,42,41 ਆ ਸਾਰੇ ਅਲੱਗ ਅਲੱਗ ਡਿਜ਼ਾਈਨ ਹਾਂ ਉਦਾਂ ਦੀ ਚੀਜ਼ ਵੀ ਹੈ ਜਿੱਦਾਂ ਦਾ ਰੇਟ ਆ ਚੀਜ਼ ਵੀ ਵਧੀਆ ਹੈ ਨਾ ਹਾਂਜੀ ਹਾਂਜੀ ਵੀਰੇ ਦੇਖ ਲਓ ਜਿੱਦਾਂ ਦਾ ਤੁਸੀਂ ਲੈਣਾ ਚਾਹੁੰਦੇ ਹੋ ਸਾਰਾ ਮਿਲ ਜੂ 5 ਸੀਟ ਦੇ ਵਿੱਚ ਦਿਖਾ ਦਿੰਦੇ ਨੇ ਓਕੇ ਵੀਰੇ ਜਿੱਦਾਂ ਦਾ ਵੀ ਲੈਣਾ ਚਾਹੁੰਦਾ ਦੇਖ ਲਓ ਸਾਰੀ ਤਰ੍ਹਾਂ ਦੇ ਮਿਲ ਜਾਣਗੇ ਜਿੱਦਾਂ ਦਾ ਆਪਣਾ ਮਨ ਹੁੰਦਾ ਆ 9,500 ਰੁਪਏ ਦੇ ਦੇਵਾਂਗੇ ਜੀ 5 ਸੀਟਾਂ ਦਾ ਇਲੈਕਟ੍ਰੋਨਿਕ ਸਮਾਨ ਵੀ ਸਾਰਾ ਹੁੰਦਾ ਤੁਹਾਨੂੰ ਝਲਕ ਬਣਾਉਂਦੇ ਆ ਜ਼ਰੂਰ ਆਇਓ ਜੀ ਇਹ ਸਾਹਨੇ ਵਾਲ ਰੋਡ ਤੇ ਡੇਲੋ ਤੇ ਬਜਾਜ ਦੇ ਕਾਰਡ ਤੇ ਵੀ ਤੁਸੀਂ ਲੈ ਸਕਦੇ ਹੋ ਮੈਂ ਚਾਹਦੀ ਵਾਸ਼ਿੰਗ ਮਸ਼ੀਨ ਦੇ ਉੱਪਰ 88 ਰੁਪਏ ਦੀ ਕਿਸ਼ਤ ਆ ਜੀ ਓਕੇ ਵੀਰੇ ਪਹਿਲਾਂ ਡਾਊਨ ਪੇਮੈਂਟ ਕੁਝ ਨਹੀਂ ਦੇਣਾ ਪੈਣਾ ਮਸ਼ੀਨ ਤੇ ਜ਼ੀਰੋ ਡਾਊਨ ਪੇਮੈਂਟ ਆ ਓਕੇ ਵੀਰੇ ਏਸੀ ਤੇ ਕਿੰਨੀ ਆ ਏਸੀ ਦੇ ਉੱਪਰ ਵੀਰ ਜੀ ਜਿਵੇਂ ਡੈਕਾਂ ਦੇ ਲੈਣੇ ਆ ਤਾਂ ਉੱਤੇ 8 ਕਿਸ਼ਤਾਂ ਹੈਗੀਆਂ ਨੇ ਜ਼ੀਰੋ ਡਾਊਨ ਪੇਮੈਂਟ ਦੀ 15,000-1500 ਰੁਪਏ ਡਾਊਨ ਪੇਮੈਂਟ ਦੇਣੀ ਪੈਂਦੀ ਆ ਗੱਦੇ ਵੀਰੇ ਮੈਟਰਸ ਵੀਰੇ ਆਪਣੇ ਕੋਲ 3500 ਤੋਂ ਸਟਾਰਟ ਹੋ ਜਾਂਦਾ ਜੀ ਓਕੇ ਵੀਰੇ ਵਧੀਆ ਕੰਪਨੀਆਂ ਫਰੀडम ਦੇ ਆ ਜਾਂਦੇ ਨੇ ਹੋਰ ਵੀ ਬਹੁਤ ਕੰਪਨੀਆਂ ਆ ਗਈਆਂ ਚਲੋ ਅੱਜ ਤੁਹਾਨੂੰ ਉੱਧਰ ਹੀ ਸ਼ੌਪ ਤੇ ਮੈਂ ਲੈ ਕੇ ਜਾਣਾ ਇੱਧਰ ਦਿਖਾ ਦੀ ਇੱਕ ਵਾਰੀ ਝਰਕ ਬਣਾ ਦੇਣਾ ਵੀਡੀਓ ਨਾਲ ਬਣੇ ਰਹੋ ਬਾਈ ਆ ਬਾਈ ਦੀ ਦੂਜੀ ਦੁਕਾਨ ਆ ਇਲੈਕਟ੍ਰੋਨਿਕ ਸਮਾਨ ਮਿਲ ਜੂ ਸਾਰਾ ਸਾਰਾ A to Z ਬਾਈ ਕੋਲੇ ਸਮਾਨ ਪਿਆ ਵਾ
ਤੇ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਤੇ ਨਾਲ ਦੀ ਨਾਲ ਰੇਟ ਪੁੱਛ ਕੇ ਦੱਸਦੇ ਹਾਂ ਤੇ ਨਾਲ ਸਭ ਕੁਝ ਦਿਖਾਉਂਦੇ ਹਾਂ ਜੋ ਵੀ ਪਿਆ ਇੱਥੇ ਸਪੀਕਰ ਸਪੂਕਰ ਦੇਖੋ ਟੌਪ ਦੇ ਪਏ ਨੇ ਪੂਰੇ ਇੱਥੇ ਕੀ ਪਿਆ ਆਪਣੇ ਕੋਲ ਇੱਥੇ ਜੀ ਏ ਸੀ ਆ ਗਏ ਵਾਸ਼ਿੰਗ ਮਸ਼ੀਨ ਆ ਗਈਆਂ ਸਾਰੀਆਂ ਫਰੰਟ ਲੋਡ ਟੌਪ ਲੋਡ ਸਾਰੇ ਅਤੇ ਐੱਲ ਈ ਡੀ ਆ ਗਈਆਂ 50-55 ਇੰਚ 65 ਇੰਚ ਐੱਲ ਈ ਡੀ ਮਰਜ਼ੀ ਜ਼ਰੂਰ ਇੱਕ ਵਾਰੀ ਜ਼ਰੂਰ ਆ ਕੇ ਦੇਖਿਓ ਬਾਈ ਸ਼ੋਪ 'ਤੇ ਬਾਈ 'ਤੇ ਸਾਰਾ ਕੁਛ ਪਿਆ ਵਾ ਅਤੇ ਰੇਟ ਬਹੁਤ ਸਹੀ ਨੇ ਬੰਦੇ ਦੇ ਅਤੇ ਬਾਕੀ ਸਭ ਤੋਂ ਵੱਡੀ ਗੱਲ ਹੁੰਦੀ ਆ ਇਨਸਾਨ ਬਾਈ ਬਹੁਤ ਵਧੀਆ ਜਦ ਵੀ ਮਿਲਦਾ ਬੜੇ ਪਿਆਰ ਨਾਲ ਮਿਲਦਾ ਬਾਈ ਸਾਨੂੰ ਕੋਈ ਕੋਈ ਪ੍ਰੋਬਲਮ ਵੀ ਆਉਂਦੇ ਆ ਤੁਹਾਨੂੰ ਹੱਲ ਕਰਕੇ ਦਊਗਾ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਬਿਲਕੁਲ ਜ਼ਰੂਰ ਇੱਕ ਵਾਰੀ ਗੇੜਾ ਮਾਰਿਓ ਅਤੇ ਆਹ ਦੇਖ ਲਓ ਸਾਰੇ ਸਪੀਕਰ ਸਪੂਕਰ ਸਾਰਾ ਕੁਛ ਹੈ ਬਾਈ ਕੋਲ ਅਤੇ ਨੰਬਰ ਮੈਂ ਨਾਲ ਮੈਂਸ਼ਨ ਕਰ ਦੂੰਗਾ ਨੀਚੇ ਵੀ ਹੈਗਾ ਬੇਸਮੈਂਟ ਦੇ ਵਿੱਚ ਸਮਾਨ ਪਿਆ ਉਹ ਵੀ ਤੁਹਾਨੂੰ ਦਿਖਾ ਦਿੰਦਾ ਇੱਕ ਵਾਰੀ ਫਰਿੱਜਾਂ ਦੇਖੋ ਸਾਹਮਣੇ ਪਈਆਂ ਨੇ ਜਿੱਦਾਂ ਦੀ ਮਰਜ਼ੀ ਫਰਿੱਜ ਚੱਕ ਲਿਓ ਦੇਖੋ ਇਹਨਾਂ ਦਾ ਵੀਰ ਕਿੱਥੋਂ ਸਟਾਰਟ ਹੋ ਜਾਂਦੀਆਂ ਨੇ ਜਿੱਦਾਂ ਦੀ ਚੀਜ਼ ਆ ਉਦਾਂ ਦਾ ਰੇਟ ਆ ਬਾਕੀ ਕਿਸ਼ਤਾਂ ਵੀ ਹੋ ਜਾਂਦੀਆਂ ਨੇ ਰਿਚਾਰਜ ਦੇ ਕਾਰਡ ਤੇ ਕੂਲਰ ਦੇਖ ਲਓ ਗੋਇਲ ਦਾ ਕੂਲਰ ਆਇਆ ਹੁੰਦਾ ਹਾਂਜੀ ਗੋਇਲ ਦਾ ਕੂਲਰ ਤਾਂ ਵਧੀਆ ਹੁੰਦਾ ਇਹਦਾ ਕੀ ਪ੍ਰਾਈਸ ਆ ਗੋਇਲ ਦਾ ਕੂਲਰ ਵੀਰ ਜੀ 10-15 ਹਜ਼ਾਰ ਤੋਂ ਸਟਾਰਟ ਹੋ ਜਾਂਦਾ 10-10.5 ਹਜ਼ਾਰ ਤੋਂ ਠੀਕ ਬਾਕੀ ਸਾਈਜ਼ ਦੇ ਹਿਸਾਬ ਨਾਲ ਮੈਂ ਵੀ ਤੁਹਾਡੇ ਤੋਂ ਲੈ ਕੇ ਗਿਆ ਉਹ ਪਿੱਛੇ ਜੇ ਇੰਨੇ ਕਦੇ ਦਿੱਤਾ 95-100 ਦਾ ਹੀ ਉਹ ਕਈ ਸਾਲ ਹੋ ਗਏ ਉਹ ਤਾਂ ਬਾਈ ਸਾਰੇ ਤਰ੍ਹਾਂ ਦੇ ਕੂਲਰ ਪਏ ਨੇ ਹੈ ਨਾ ਬਾਈ ਅੱਛਾ ਇਨਵੈਟਰ 'ਤੇ ਵੀ ਚੱਲਦੇ ਆ ਕੂਲਰ ਇਨਵੈਟਰ 'ਤੇ ਵੀ ਚੱਲਣਗੇ ਜੀ ਜਿੱਥੋਂ ਲੈ ਕੇ ਜਾਓਗੇ ਤੁਸੀਂ ਕਿਸੇ ਨੇ ਹਾਰ ਚਲਾਉਣਾ ਵੱਡੇ ਸਾਈਜ਼ 'ਚ ਕੂਲਰ ਆ ਜਾਂਦਾ ਫਿਰ ਕਾਫੀ ਅੱਛਾ ਹਾਂ ਇਹ ਵੱਡਾ ਕੂਲਰ ਲੈਣਾ ਕਿਸੇ ਨੇ ਨੀਚੇ ਸਟੈਂਡ ਲੱਗਣਾ ਯਾਰ ਨੀਚੇ ਸਟੈਂਡ ਲੱਗਣਾ ਜਿਵੇਂ ਆਪਾਂ ਕਿਸੇ ਨੇ ਹਾਲ ਵਗੈਰਾ 'ਚ ਲੌਬੀ ਚਲਾਉਣਾ ਇਹਦਾ ਕੀ ਪ੍ਰਾਈਸ ਹੈ ਵੀਰੇ ਇਹ ਵੀਰੇ ਵੈਸੇ ਤਾਂ 16.5 ਸੇਲ ਕਰਦੇ ਹਾਂ ਹੁਣ 500 ਰੁਪਏ ਹੋਰ ਡਿਸਕਾਊਂਟ ਦੇ ਦਾਂਗੇ ਠੀਕ ਆ ਬਾਈ ਤਾਂ ਨੰਬਰ ਮੈਂਸ਼ਨ ਕਰ ਦਿੰਦਾ ਨਾਲ ਜ਼ਰੂਰ ਇੱਕ ਵਾਰੀ ਆਇਓ ਅਤੇ ਇੱਕ ਵਾਰੀ ਦੇਖ ਲਿਓ ਵੀ ਰੇਟ ਕੀ ਨੇ ਤੁਸੀਂ ਬਾਕੀ ਬਜਾਜ ਵਾਲਾ ਕਾਰਡ ਆ ਜਿਹਨਾਂ ਕੋਲ ਕਿਸ਼ਤਾਂ ਕਰਕੇ ਲੈ ਜਿਓ ਬਾਕੀ ਦੀਵਾਲੀ ਨੂੰ ਅਸੀਂ ਆਫਰ ਲਾ ਦਿੰਦੇ ਹਾਂ ਜੀ ਜਿਵੇਂ ਵਾਸ਼ਿੰਗ ਮਸ਼ੀਨ ਦੇ ਨਾਲ ਪ੍ਰੈਸ ਫਰੀ ਓਕੇ ਫਰਿੱਜ ਦੇ ਨਾਲ ਪ੍ਰੈਸ ਫਰੀ ਆ ਜਾਂਦੀ ਹੈ ਜੀ ਪ੍ਰੈਸ ਫਰੀ ਮਿਲੂ ਹੁਣ ਮੂਹਰੇ ਆਫਰ ਲੱਗ ਜਾਣੇ ਐੱਲ ਈ ਡੀ ਸਮਾਰਟ ਟੀ ਵੀ ਦੇ ਨਾਲ ਤੁਹਾਨੂੰ ਜਿਹੜੀ ਐੱਲ ਈ ਡੀ ਨੇ 50-55 ਇੰਚ ਨਾਲ ਸਮਾਰਟ ਵਾਚ ਨੂੰ ਦੇਵਾਂਗੇ ਤੁਹਾਨੂੰ ਓਕੇ ਵਾਚ ਦੇਣਗੇ ਨਾਲ ਸਮਾਰਟ ਵਾਚ ਦੇਣਗੇ ਜਾਂ ਪ੍ਰੈਸ ਦੇਣਗੇ ਕੁਝ ਨਾ ਕੁਝ ਆਫਰ ਚੱਲਦਾ ਤਾਂ ਰੇਟ ਵੀ ਸਹੀ ਹੋਣਗੇ ਜੇ ਵਾਸ਼ਿੰਗ ਮਸ਼ੀਨ ਦੇ ਨਾਲ ਪ੍ਰੈਸ ਫਰੀ ਹੈ ਜੀ ਤੇ ਜਿਵੇਂ 50-55 ਇੰਚ ਐੱਲ ਈ ਡੀ ਆਉਂਦੀਆਂ ਉਹਦੇ ਨਾਲ ਸਮਾਰਟ ਵਾਚ ਫਰੀ ਹੋ ਜਾਂਦੀ ਓਕੇ ਵੀਰ ਜੇ ਫਿਰ ਕੱਲ੍ਹ ਨੂੰ ਤੁਹਾਨੂੰ ਕੋਈ ਚੀਜ਼ ਦੀ ਪ੍ਰੋਬਲਮ ਵੀ ਆਉਂਦੀ ਹੈ ਘਰੇ ਜਾ ਕੇ ਵੀ ਤੇ ਬਾਈ ਬ੍ਰਾਂਡ ਸਾਰੇ ਨੇ ਵਧੀਆ ਆਪਣੇ ਕੋਲ ਐੱਲ ਜੀ ਸੈਮਸੰਗ ਪੈਨਾਸੋਨਿਕ ਏਸਰ ਦੀਆਂ ਜਿਹੜੀਆਂ ਹੈਗੀਆਂ ਆਈ ਕੁਛ ਕੰਪਨੀ ਹੈਗੀ ਆ ਓਕੇ ਬ੍ਰਾਂਡ ਹੱਲ ਕਰਕੇ ਦਿੰਦਾ ਬਾਈ ਇੱਦਾਂ ਨਹੀਂ ਹੈਗਾ ਵੀ ਮੁੜ ਕੇ ਬੰਦਾ ਕਹਿੰਦਾ ਇੱਕ ਵਾਰੀ ਵਿਕਿਆ ਮੈਂ ਕੀ ਲੈਣਾ ਮੈਂ ਖੁਦ ਦੇਖੀ ਹੈ ਚੀਜ਼ ਹਾਂ ਮੈਂ ਖੁਦ ਦੇਖਿਆ ਬਾਈ ਨਾਲ ਖੜਦਾ ਇੱਦਾਂ ਦੀ ਕੋਈ ਗੱਲ ਨਹੀਂ ਜ਼ਰੂਰ ਲਿਓ ਇੱਕ ਵਾਰੀ ਆ ਕੇ ਜਾ ਪਹਿਲਾਂ ਗੇੜਾ ਮਾਰ ਕੇ ਦੇਖ ਲਓ ਤੁਸੀਂ ਸਾਹਨਿਆ ਰੋਡ 'ਤੇ ਡੇਲੋ ਕੋ ਜਾਣਾ ਸਾਹਨਿਆ ਰੋਡ 'ਤੇ ਇੱਧਰ ਜਵੰਦਾ ਸੀਮੈਂਟ ਸਟੋਰ ਦੇ ਨਾਲ ਸਾਹਮਣੇ ਤੁਸੀਂ ਆ ਸਕਦੇ ਹੋ ਦੋ ਹੀ ਬਾਈ ਦੇ ਨੇ ਠੀਕ ਆ ਵੀਰੇ ਓਕੇ ਥੈਂਕ ਯੂ